ਟੋਡੀ ਮਹਿਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਓ ਗੁਰਪੂਰਾ ਭੇਟਿਓ ਵਡਭਾਗੀ ਜਾ ਕੋ ਅੰਤ ਨ ਪਾਰ ਹਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਕਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸ਼ਰਨ ਗਈ ਸਵਾਮੀ ਕੀ ਪੁਨਾ ਪੁਨਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਕਿਰਪਾ ਕਰਕੇ ਸਾਧ ਸੰਗਤ ਦੀ ਮਹਿਮਾ ਅਤੇ ਸਾਧ ਸੰਗਤ ਵਿੱਚ ਜੁੜ ਕੇ ਕਰਨ ਵਾਲੇ ਕਾਰਜ ਦੀ ਸੋਝੀ ਪ੍ਰਦਾਨ ਕਰਦੇ। ਸਾਧ ਸੰਗਤ ਵਿੱਚ ਕਿਉਂ ਆਉਣਾ ਅਤੇ ਕੀ ਕਰਨਾ, ਸਾਰੀ ਗੁਰਬਾਣੀ ਇਹੋ ਹੀ ਦੱਸ ਰਹੀ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਸਿੰਘ ਬਿਲਾਈ ਹੋ ਗਇਓ ਤਿਣ ਮੇਰ ਦੁਖੀਤਾ। ਆਖਿਆ ਗੁਰੂ ਦੀ ਸੰਗਤ ਵਿੱਚ ਆਉਣ ਨਾਲ ਅਤੇ ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਨਾਮ ਜਪਣ ਨਾਲ ਇੰਨੀ ਵੱਡੀ ਤਬਦੀਲੀ ਹੋ ਜਾਂਦੀ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਜਿਹੜੇ ਪਿੰਗਲੇ ਹਨ, ਪਿੰਗਲਾ ਕਿਹਨੂੰ ਕਹਿੰਦੇ ਨੇ, ਜਿਹਦੇ ਪੈਰ ਨਾ ਹੋਣ, ਜਿਹੜਾ ਤੁਰ ਨਾ ਸਕਦਾ, ਇੱਥੇ ਹੈ ਜਿਨ੍ਹਾਂ ਦੇ ਅੰਦਰ ਗਿਆਨ ਰੂਪੀ ਪੈਰ ਨਹੀਂ, ਪ੍ਰੇਮ ਰੂਪੀ ਪੈਰ ਨਹੀਂ, ਉਹ ਗੁਰੂ ਦੀ ਸੰਗਤ ਵਿੱਚ ਆ ਕੇ ਪਹਾੜਾਂ ਨੂੰ ਪਾਰ ਕਰਨ ਦੀ ਸਮਰੱਥਾ ਦੇ ਮਾਲਕ ਹੋ ਜਾਂਦੇ। ਅਤੇ ਜਿਨ੍ਹਾਂ ਨੂੰ ਗੱਲ ਨਹੀਂ ਕਰਨੀ ਆਉਂਦੀ, ਜਿਹੜੇ ਮੂਰਖ ਕਹੇ ਜਾਂਦੇ, ਉਹ ਚਤੁਰ ਬਖਸ਼ੇ ਬਣ ਜਾਂਦੇ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਜਿਹੜੇ ਅਗਿਆਨਤਾ ਕਰਕੇ ਅੰਨੇ ਹਨ ਉਹਨਾਂ ਨੂੰ ਗਿਆਨ ਰੂਪੀ ਨੇਤਰ ਮਿਲ ਜਾਂਦੇ ਨੇ, ਉਹਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਸਿੰਘ ਬਿਲਾਈ ਹੋਏ ਗਇਓ ਤਿਣ ਮੇਰ ਦੁਖੀਤਾ, ਸ਼ਰਮ ਕਰਤੇ ਦਮ ਆੜ ਕੋ ਤੇ ਘਨੀ ਧਨੀਤਾ, ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੈਂ ਨਾਮ ਦਿਓ ਨਾਨਕ ਦਰਸ਼ਰੀਤਾ। ਸਾਧ ਸੰਗਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਧ ਸੰਗਤ ਦੀ ਬੜੀ ਮਹਿਮਾ,
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਤੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਦੀ ਰਹਾਉ ਦੀ ਪੰਗਤੀ ਵਿੱਚ ਫਰਮਾਉਂਦੇ ਨੇ, ਸਾਧ ਸੰਗ ਹਰ ਹਰ ਨਾਮ ਚ ਤਾਰਾ। ਜਦੋਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਹਰੀ ਦੇ ਨਾਮ ਨੂੰ ਚਿਤਾਰਿਆ, ਯਾਦ ਕੀਤਾ, ਸਿਮਰਨ ਕੀਤਾ, ਦੇਖੋ ਨਾ ਗੁਰੂ ਘਰ ਦੇ ਅੰਦਰ ਨਾਮ ਸੁਣਨ ਦੀ ਮਹਿਮਾ ਅਤੇ ਸੁਣ ਕੇ ਮੰਨਣ ਦੀ ਮਹਿਮਾ। ਇਹ ਰੋਜ਼ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ, ਕੋਈ ਪੁੱਛੇ ਕੀ ਹੋ ਜਾਂਦਾ, ਪਾਤਸ਼ਾਹ ਨੇ ਕਿਹਾ ਸੁਣਿਆ ਸਿੱਧ ਪੀਰ ਤੁਰਨਾਥ, ਸੁਣਿਆ ਤਰ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨ ਚੱਕੇ ਕਾਲ, ਨਾਨਕ ਭਗਤਾਂ ਤਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਿਉਂ ਜਿਉਂ ਧਿਆਨ ਨਾਲ ਪੜ੍ਹਾਂਗੇ, ਇਹ ਸੁਣਨ ਦੀ ਮਹਿਮਾ ਚਾਰ ਪੌੜੀਆਂ ਵਿੱਚ ਮਹਾਰਾਜ ਨੇ ਦੱਸੀ। ਫਿਰ ਆਖਿਆ ਨਿਰਾ ਸੁਣੀ ਨਹੀਂ ਜਾਣਾ, ਫਿਰ ਮੰਨਣਾ ਹੈ। ਮੰਨੇ ਕੀ ਗੱਤ ਕਹੀ ਨ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਜ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਤੋ ਪਹਿਲੀ ਪੰਗਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਜਦੋਂ ਪਰਮੇਸ਼ੁਰ ਦੀ ਕਿਰਪਾ ਹੋਈ, ਸਾਨੂੰ ਗੁਰੂ ਦੀ ਸੰਗਤ ਮਿਲੀ, ਅਤੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਅਸੀਂ ਕੀ ਕੀਤਾ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਅਖਰੀ ਅਰਥ ਕੋਈ ਔਖੇ ਨਹੀਂ, ਪਰ ਜਿਹੜੇ ਭਾਵ ਅਰਥ ਨੇ ਉਹਨਾਂ ਨੂੰ ਸਮਝਣਾ ਵੀ ਹੈ ਅਤੇ ਮੰਨਣਾ ਵੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਹਰ ਹਰ ਨਾਮ ਚਿਤਾਰਾ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਬਾਣੀ ਵਿੱਚ ਇਸੇ ਲਈ ਸਾਨੂੰ ਵਾਰ ਵਾਰ ਪ੍ਰੇਰਿਆ ਜਾਂਦਾ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੁਰ ਦੁੱਖ ਨਾ ਹੋਈ ਰਹਾਓ। ਫਿਰ ਉਸ ਦੀ ਵਡਿਆਈ ਦੱਸੀ, ਆਖਿਆ ਅਵਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੁੜ ਦੁੱਖ ਨਾ ਹੋਈ, ਵਡਭਾਗੀ ਸਾਧ ਸੰਗ ਪ੍ਰਾਪਤ। ਆਖਿਆ ਵੱਡੇ ਭਾਗਾਂ ਕਰ, ਜਦੋਂ ਗੁਰੂ ਦੀ ਸੰਗਤ ਪ੍ਰਾਪਤ ਹੋਈ, ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ, ਸਾਧ ਸੰਗ ਹਰ ਹਰ ਨਾਮ ਚਿਤਾਰਾ।
ਤਾਂ ਗੁਰੂ ਦੀ ਸੰਗਤ ਵਿੱਚ ਆ ਕੇ ਜਿਉਂ ਜਿਉਂ ਹਰੀ ਦੇ ਨਾਮ ਨੂੰ ਚਿਤਾਰਿਆ, ਜਿਉਂ ਜਿਉਂ ਹਰੀ ਦੇ ਨਾਮ ਦਾ ਸਿਮਰਨ ਕੀਤਾ, ਉਹਦਾ ਫਲ ਸਰੂਪ ਸਹਿਜ ਆਨੰਦ ਹੋਵੇ ਦਿਨ ਰਾਤੀ। ਸਹਿਜ ਇੱਕ ਉਹ ਆਤਮਕ ਅਡੋਲਤਾ ਦੀ ਅਵਸਥਾ ਜਦੋਂ ਬੰਦੇ ਦੀ ਭਟਕਣਾ ਮੁੱਕ ਜਾਂਦੀ ਔਰ ਉਹਦੇ ਕਰਕੇ ਫਿਰ ਜੋ ਆਨੰਦ ਪ੍ਰਾਪਤ ਹੁੰਦਾ ਉਹ ਦਿਨੇ ਰਾਤੀ ਚੱਲਦਾ। ਸਾਧ ਸੰਗਤ ਕੁਝ ਆਨੰਦ ਹੁੰਦੇ ਨੇ ਜਿਹੜੇ ਥੋੜ੍ਹੇ ਸਮੇਂ ਲਈ ਹੁੰਦੇ, ਅਸੀਂ ਉਹਨਾਂ ਨੂੰ ਛਿੰਨ ਭੰਗਰ ਕਹਿੰਦੇ, ਕਿਉਂਕਿ ਜਿਹੜੇ ਪਦਾਰਥ ਨੇ ਨਾ ਇਹ ਵੀ ਛਿੰਨ ਭੰਗਰ, ਇਹਨਾਂ ਤੋਂ ਮਿਲਣ ਵਾਲੇ ਜਿਹੜੇ ਸੁੱਖ ਨੇ ਉਹ ਵੀ ਛਿੰਨ ਭੰਗਰ, ਨਾ ਇਹ ਪਦਾਰਥ ਸਿੱਧੀ ਵੀ ਨੇ ਨਾ ਇਹਨਾਂ ਪਦਾਰਥਾਂ ਤੋਂ ਪ੍ਰਾਪਤ ਹੋਣ ਵਾਲੇ ਸੁੱਖ ਸਦੀ ਵੀ। ਇਸੇ ਲਈ ਮਹਾਰਾਜ ਨੇ ਕਿਹਾ ਜੇ ਤੁਹਾਨੂੰ ਸਦੀਵੀ ਸੁੱਖ ਚਾਹੀਦਾ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਹੇ ਭਾਈ, ਜੇ ਤੇ ਸੱਚਾ ਸੁੱਖ ਲੈਣਾ ਉਹ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਨਹੀਂ ਮਿਲਦਾ, ਅਤੇ ਪਰਮੇਸ਼ਵਰ ਦਾ ਨਾਮ ਕਿੱਥੋਂ ਮਿਲਦਾ? ਉਹ ਗੁਰੂ ਦੀ ਸੰਗਤ ਵਿੱਚੋਂ। ਧੰਨ ਗੁਰੂ ਅਰਜਨ ਦੇਵ ਜੀ ਆਪਣਾ ਅਨੁਭਵ ਦੱਸ ਰਹੇ ਨੇ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਜਦੋਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਹਰੀ ਦਾ ਨਾਮ ਚਿਤਾਰਨ ਕੀਤਾ, ਯਾਦ ਕਰਨ, ਦੇਖੋ ਹਰੀ ਦੇ ਨਾਮ ਉਚਾਰਨ ਦਾ ਮਤਲਬ ਉਸਦੀ ਕੀਰਤੀ ਕਰਨ, ਜਿਹਨੂੰ ਅਸੀਂ ਨਿਸ਼ਕਾਮ ਕੀਰਤਨ ਕਰਨ। ਔਰ ਜੋ ਜੋ ਕਥੈ ਸੁਣੈ ਹਰ ਕੀਰਤਨ, ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਬਾਰ ਬਾਰ ਗੁਰਬਾਣੀ ਵਿੱਚ ਪ੍ਰੇਰਨਾ ਕੀਤੀ ਜਾਂਦੀ, ਆਓ ਭਾਈ ਸਤਸੰਗਤ ਵਿੱਚ ਆਓ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਮਨ ਸੁਣਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮੇ ਸੰਗ ਗਾਮਨਾ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਖਿਮਾ ਕਰਨਾ, ਅੱਜ ਅਸੀਂ ਗੁਰੂ ਘਰ ਵਿੱਚ ਜਾਣਾ ਹੋਵੇ ਅਤੇ ਇਹ ਪੁੱਛਦੇ ਹਾਂ ਲੰਗਰ ਕੀ ਬਣਿਆ, ਲੰਗਰ ਵਿੱਚ ਕੀ ਬਣੇ? ਉਹ ਭਲਿਓ ਲੰਗਰ ਤੇ ਉਧਰ ਪੂਰਨਾ ਵਾਸਤੇ ਸਾਡੇ ਬਜ਼ੁਰਗ ਕਿਹਾ ਕਰਦੇ ਸਨ, ਘੀ ਖਾਓ ਜਾਂ ਮੱਠਾ, ਗਲ ਤੋਂ ਲੱਥਾ ਸਭ ਖਤਮ। ਇਹ ਸਵਾਦ ਤੇ ਜਵਾਨ ਦੇ ਚਸਕੇ ਤੇ ਕਰ, ਪਰ ਲੋਕ ਹੁਣ ਮੈਂ ਦੇਖਦਾ ਫੋਨ ਕਰਕੇ ਪੁੱਛਣਗੇ ਜੀ ਲੰਗਰ 'ਚ ਕੀ ਬਣੇ। ਉਹ ਬਾਬਾ ਲੰਗਰ ਵਿੱਚ ਜੋ ਬਣਿਆ ਉਹ ਗੁਰੂ ਦਾ ਪ੍ਰਸਾਦ। ਅਸੀਂ ਤਾਂ ਵੱਧ ਤੋਂ ਵੱਧ ਸਮਾਂ ਗੁਰੂ ਕੀ ਸੰਗਤ ਵਿੱਚ ਜੋੜ, ਉਹ ਅਸੀਂ ਜੁੜਦੇ। ਵੱਡੇ ਵੱਡੇ ਸ਼ਹਿਰਾਂ ਵਿੱਚ ਦੇਖਿਆ ਬੜੇ ਬੜੇ ਅਮੀਰ ਲੋਕ ਇਕੱਲੇ ਇਕੱਲੇ ਸਟਾਲ ਲਾਉਂਦੇ ਨੇ, ਅਤੇ ਜਿੰਨੀ ਭੀੜ ਸਟਾਲਾਂ 'ਤੇ ਹੁੰਦੀ ਹੈ ਮੱਖੀਆਂ ਵਾਂਗੂ, ਓਨੀ ਗੁਰੂ ਕੇ ਦਰਬਾਰ ਵਿੱਚ ਨਹੀਂ। ਨਾ ਭਾਈ, ਸਾਡਾ ਮਕਸਦ ਤਾਂ ਗੁਰੂ ਦੇ ਦਰਬਾਰ ਵਿੱਚ ਹੁੰਦਾ, ਅਤੇ ਉੱਥੇ ਜਾ ਕੇ ਕੀ ਕਰਨਾ? ਸਾਧ ਸੰਗ ਹਰ ਹਰ ਨਾਮ ਚਿਤਾਰਾ।
ਗੁਰੂ ਦੀ ਸੰਗਤ ਵਿੱਚ ਬਹਿ ਕੇ ਹਰੀ ਦੇ ਨਾਮ ਨੂੰ ਚਿਤਾਰ। ਜਿਉਂ ਜਿਉਂ ਮਨ ਬਚਨ ਕਰਮ ਕਰਦੇ ਹਰੀ ਦੀ ਕੀਰਤੀ ਕਰਾਂਗੇ, ਫਿਰ ਸਹਿਜ ਆਨੰਦ ਹੋਵੇ ਦਿਨ ਰਾਤੀ। ਐਸੀ ਆਤਮਿਕ ਅਡੋਲਤਾ, ਇਹੋ ਜਿਹਾ ਆਨੰਦ ਮਿਲੇ। ਰੋਜ਼ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਦੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਤੋ ਗੁਰੂ ਅਰਜਨ ਦੇ ਪਾਤਸ਼ਾਹ ਫਰਮਾਉਂਦੇ, ਭਾਈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ। ਇੱਕ ਆਨੰਦ ਹੁੰਦਾ ਥੋੜ੍ਹੇ ਸਮੇਂ ਲਈ, ਦਿਨ ਵੇਲੇ ਹੈ ਅਤੇ ਰਾਤ ਨੂੰ ਨਹੀਂ, ਰਾਤ ਵੇਲੇ ਹੈ ਅਤੇ ਦਿਨ ਵੇਲੇ ਨਹੀਂ। ਖਾਣ ਦਾ ਸੁੱਖ ਖਾਣ ਤੀਕਰ, ਵੇਖਣ ਦਾ ਸੁੱਖ ਵੇਖਣ ਤੀਕਰ, ਉਹ ਟੈਂਪਰੇਰੀ ਸੁੱਖ ਨੇ, ਉਹਨਾਂ ਨੂੰ ਛਿੰਨ ਭੰਗਰ ਸੁੱਖ ਕਿਹਾ ਜਾਂਦਾ। ਪਰ ਜਿਹੜਾ ਸੁੱਖ ਗੁਰੂ ਦੀ ਸੰਗਤ ਵਿੱਚ ਮਿਲ ਕੇ ਹਰੀ ਦੇ ਨਾਮ ਨੂੰ ਚਿਤਾਰਨ ਕਰਨ ਨਾਲ ਮਿਲਦਾ, ਉਹ ਸਦੀਵੀ ਹੁੰਦਾ। ਰੋਜ਼ ਆਪ ਜੀ ਸਾਹਿਬ 'ਚ ਪੜ੍ਹਦੇ, ਨਾ ਉਹ ਮਰੈ ਨ ਟਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਏ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ, ਨਾ ਉਹ ਆਤਮਿਕ ਮੌਤੇ ਮਰਦੇ ਨੇ, ਨਾ ਉਹ ਮਾਇਆ ਠੱਗਣੀ ਤੋਂ ਠੱਗੇ ਜਾਂਦੇ। ਤੋ ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਅੰਕੁਰ ਕਹਿੰਦੇ ਨੇ ਜਦੋਂ ਬੀਜ ਫੁੱਟਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਵਿੱਚੋਂ ਅੰਗੂਰ ਨਿਕਲਦਾ, ਉਹਨੂੰ ਅੰਕੁਰ ਕਹਿੰਦੇ। ਆਖਿਆ ਸਾਡੇ ਕਿਸੇ ਪੂਰਵਲੇ ਜਨਮ 'ਚ ਕੀਤੇ ਹੋਏ ਚੰਗੇ ਕਰਮ ਦਾ ਫਲ ਇਹ ਹੈ ਕਿ ਸਾਨੂੰ ਗੁਰੂ ਦੀ ਸੰਗਤ। ਕਿਉਂਕਿ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ, ਇਹ ਗੁਰੂ ਦਾ ਮਿਲਾਪ ਕਦੋਂ ਹੁੰਦਾ, ਗੁਰੂ ਦੀ ਸੰਗਤ ਕਦੋਂ ਮਿਲਦੀ? ਜਦੋਂ ਕੋਈ ਪੂਰਵ ਕਰਮ ਅੰਕੁਰ ਜਾਂ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਹੈ ਸ਼ਬਦ ਦੀ ਰਹਾਉ ਦੀ ਪੰਕਤੀ ਤਥਾ ਪਹਿਲਾ ਪਦ, ਜਿਸ ਵਿੱਚ ਪਾਤਸ਼ਾਹ ਨੇ ਫਰਮਾਇਆ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ ਰਹਾਉ। ਗੁਰਪੂਰਾ ਭੇਟਿਓ ਬਡਭਾਗੀ, ਜਾ ਕੋ ਅੰਤਨ ਪਾਰਾ ਵਾਰਾ। ਆਖਿਆ ਵੱਡੇ ਭਾਗਾਂ ਕਰਕੇ ਜਦੋਂ ਪੂਰੇ ਗੁਰੂ ਦੀ ਮਿਲਾਪ ਹੋਇਆ, ਸਮਝ ਆਈ ਕਿ ਉਹ ਪਰਮਾਤਮਾ 'ਤੇ ਬੜਾ ਬੇਅੰਤ, ਉਹਦਾ 'ਤੇ ਅੰਤ ਪਾਰਾ ਵਾਰ ਪਾਇਆ ਹੀ ਨਹੀਂ ਜਾ ਸਕਦਾ। ਰੋਜ਼ ਆਪ ਜੀ ਸਾਹਿਬ ਪੜ੍ਹਦੇ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ।
ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਹਿਰਾ ਵਾਰ। ਅੰਤ ਕਾਰਨ ਕੇਤੇ ਬਿਰਲਾਏ, ਤਾਂ ਕਿ ਅੰਤ ਨ ਪਾਏ ਜਾਏ। ਇਹ ਅੰਤ ਨ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਬੜਾ ਉੱਚਾ ਹੋਵੇ ਕੋਏ, ਕਿਸ ਉੱਚੇ ਕੋ ਜਾਣੇ ਤੋਏ। ਗੁਰਪੂਰਾ ਭੇਟਿਓ ਬੜਭਾਗੀ, ਵੱਡੇ ਭਾਗਾਂ ਕਰਕੇ ਜਦੋਂ ਪੂਰੇ ਗੁਰੂ ਦੀ ਭੇਟ ਹੋਈ, ਮਿਲਾਪ ਹੋਇਆ, ਅਤੇ ਸਮਝ ਆਈ ਕਿ ਉਹ ਪਰਮਾਤਮਾ ਬੜਾ ਬੇਅੰਤ। ਜਾ ਕੋ ਅੰਤ ਨ ਪਾਰਾ ਵਾਰਾ, ਜਿਹਦਾ ਅੰਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ। ਗੁਰੂ ਨੇ ਕੀ ਕੀਤਾ? ਕਰ ਗਹਿ ਕਾਢ ਲਿਓ ਜਨ ਆਪਣਾ, ਬਿਕ ਸਾਗਰ ਸੰਸਾਰਾ। ਆਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਲੈਣੀ, ਜਿਹੜੇ ਪਰਮੇਸ਼ੁਰ ਦੇ ਲੜ ਲੱਗੇ ਅਤੇ ਪਰਮੇਸ਼ੁਰ ਨੇ ਉਹਨਾਂ ਦਾ ਹੱਥ ਫੜ ਲਿਆ। ਕਰ ਗਹਿ ਕਾਢ ਲਿਓ ਜਨ ਆਪਣਾ, ਜਿਹੜਾ ਫਿਰ ਪਰਮਾਤਮਾ ਦਾ ਸੇਵਕ ਬਣ ਜਾਂਦਾ, ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਚੱਲਦਾ, ਫਿਰ ਗੁਰੂ ਉਹਦਾ ਹੱਥ ਫੜ ਕੇ ਉਹਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲੈ। ਕਰ ਗਹਿ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਇਹ ਸੰਸਾਰ ਜੋ ਬਿਖ ਜ਼ਹਿਰੀਲਾ ਹੈ, ਤਥਾ ਵਿਸ਼ੇ ਵਿਕਾਰਾਂ ਦੀ ਜ਼ਹਿਰ ਨਾਲ ਭਰਿਆ ਹੋਇਆ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਏ ਉਹਨੂੰ ਬਾਂਹ ਫੜ ਕੇ ਕੱਢ ਲਿਆ ਜਾ। ਜਨਮ ਮਰਨ ਕਾਟੇ ਗੁਰ ਬਚਨੀ, ਸਤਸੰਗ ਜਿਹੜਾ ਗੁਰੂ ਦੇ ਬਚਨਾਂ ਅਨੁਸਾਰ, ਗੁਰੂ ਦੇ ਦੱਸੇ ਅਨੁਸਾਰ ਚੱਲ ਪੈ, ਉਹਦੇ ਜਨਮ ਅਤੇ ਮਰਨ ਦੇ ਦੁੱਖ ਕੱਟੇ ਜਾ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਭਾਈ ਅਰਦਾਸ ਕਰਿਆ ਕਰੋ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਕਿਉਂਕਿ ਜਦੋਂ ਅਸੀਂ ਗੁਰੂ ਪੂਰੇ ਦੇ ਉਪਦੇਸ਼ ਨੂੰ ਸੁਣ ਕੇ ਮੰਨਾਂਗੇ, ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨ ਸੰਕਟ ਦੁਆਰਾ। ਬਹੁੜ ਦਾ ਮਤਲਬ ਹੈ ਫਿਰ ਦੁਬਾਰਾ, ਉਸ ਦੁਆਰੇ ਦਰਵਾਜ਼ੇ ਵਿੱਚੋਂ ਨਹੀਂ ਲੰਘਣਾ ਪਵੇ ਜਿਹੜਾ ਕਿ ਦੁੱਖ ਦੇਣ ਵਾਲਾ। ਸਤਸੰਗਤ, ਮਾਤਾ ਦੇ ਘਰ ਵਿੱਚ ਪੈਣਾ, ਜਨਮ ਮਰਨ ਤੋਂ ਬਚਣਾ, ਇਹ ਕੋਈ ਛੋਟੀ ਬਾਤ ਨਹੀਂ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰਿਓ, ਉਸ ਪਰਮਾਤਮਾ ਦਾ ਸਿਮਰਨ ਕਰੋਗੇ, ਉਹ ਤੁਹਾਡੇ ਜਨਮ ਅਤੇ ਮਰਨ ਦਾ ਦੁੱਖ ਕੱਟਦਾ। ਜਨਮ ਮਰਨ ਕਾਟੇ ਗੁਰ ਬਚਨੀ, ਗੁਰੂ ਦੇ ਬਚਨਾਂ ਵਿੱਚ ਸ਼ਕਤੀ ਹੈ। ਗੁਰੂ ਦਾ ਬਚਨ ਸਾਨੂੰ ਪਰਮੇਸ਼ੁਰ ਨਾਲ ਮਿਲਣ, ਅਤੇ ਜਿਹੜੇ ਪਰਮੇਸ਼ੁਰ ਨਾਲ ਮਿਲ ਜਾਣ, ਜਿਨ੍ਹਾਂ ਦਾ ਵੱਖਰਾਪਨ ਖਤਮ ਹੋ ਜਾਏ, ਜਿਵੇਂ ਭਗਤ ਜੀ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਅਨਲ ਅਗਮ ਜੈ ਤੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਬ੍ਰਹਮੇ ਐਤਾ, ਜੈਸਾ ਮਾਨੀਏ ਹੋਏ ਨ ਤੈਤਾ। ਆਖਿਆ ਹੇ ਪ੍ਰਭੂ,
ਤੁਹਾਡੇ ਸਿਮਰਨ ਵਿੱਚ ਐਸੀ ਬਰਕਤ। ਜਦੋਂ ਤੀਕਰ ਤੇ ਅਸੀਂ ਵੱਖਰੇਪਨ ਵਿੱਚ ਸੀ, ਹਉਮੈ ਵਿੱਚ ਸੀ, ਉਦੋਂ ਤੀਕਰ ਤੁਹਾਡੀ ਕਿਰਪਾ ਨਹੀਂ ਹੋਈ। ਹੁਣ ਤੁਹਾਡੀ ਕਿਰਪਾ ਹੋ ਗਈ, ਹੁਣ ਅਸੀਂ ਤੂੰ ਬਣ ਗਏ ਹਾਂ, ਤੂੰ ਅਸੀਂ ਬਣ ਗਏ, ਭਾਵ ਤੁਹਾਡੇ ਮੇਰੇ ਵਿੱਚ ਅੰਤਰ ਨਹੀਂ ਰਿਹਾ। ਤੋਹੀ ਮੋਹੀ ਅੰਤਰ ਕਹਿਤਾ, ਕਣਕ ਕਟਕ ਜਲ ਤਰੰਗ ਜਹਿਤਾ। ਆਖਿਆ ਜਿਵੇਂ ਸੋਨੇ ਅਤੇ ਸੋਨੇ ਦੇ ਗਹਿਣੇ ਵਿੱਚ, ਪਾਣੀ ਅਤੇ ਪਾਣੀ ਦੀ ਲਹਿਰ ਵਿੱਚ ਕੋਈ ਫਰਕ ਨਹੀਂ, ਹੁਣ ਇਸ ਤਰ੍ਹਾਂ ਅਸੀਂ ਤੁਹਾਡੇ ਨਾਲ ਇੱਕ ਮਿੱਕ ਹੋ ਗਏ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜਨਾ ਸੰਕਟ ਦੁਆਰਾ। ਫਿਰ ਉਹ ਜਿਹੜਾ 84 ਲੱਖ ਜੂਨੀ ਦਾ ਚੱਕਰ ਸੀ, ਉਹ ਜਿਹੜਾ ਮਾਤਾ ਦੇ ਘਰ ਵਿੱਚ ਆਉਣਾ ਅਤੇ ਜਾਣਾ ਸੀ, ਉਹ ਮੁੱਕ ਗਿਆ। ਉਹ ਸੰਕਟ ਦੁਆਰਾ, ਉਹ ਦੁੱਖ ਦੇਣ ਵਾਲਾ ਦਰਵਾਜ਼ਾ ਹੀ ਖਤਮ ਹੋ ਗਿਆ, ਭਾਵ ਅਸੀਂ ਪਰਮਾਤਮਾ ਨਾਲ ਇੱਕ ਮਿੱਕ ਹੋ ਗਏ। ਨਾਨਕ ਸ਼ਰਨ ਗਈ ਸਵਾਮੀ ਕੀ, ਪੁਨਾ ਪੁਨਾ ਨਮਸਕਾਰ। ਨਾਨਕ ਜੀ ਫਰਮਾਉਂਦੇ ਨੇ, ਹੁਣ ਮੈਂ ਗੁਰੂ ਦੀ ਸੰਗਤ ਦੀ ਬਰਕਤ ਨਾਲ ਉਸ ਮਾਲਕ ਪ੍ਰਭੂ ਦਾ ਆਸਰਾ ਲੈ। ਯਾਦ ਰੱਖੋ, ਜਿਹੜੇ ਉਹਦਾ ਆਸਰਾ ਤੱਕ ਲੈਂਦੇ ਨੇ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭੇ ਆਪਣਾ, ਨਾਮ ਜਪੋ ਹਰ ਰੰਗ। ਜਨ ਕਹੋ ਪ੍ਰਭੇ ਆਪਣੇ ਕਾ ਤਾਣ, ਜੋ ਤੂੰ ਕਰੇ ਕਰਾਵੇਂ ਸੁਆਮੀ, ਸਾ ਮਸਰਤ ਪਰਵਾਨ। ਸ਼ਰਨ ਗਈ ਨਾਨਕ, ਸ਼ਰਨ ਗਈ ਸੁਆਮੀ। ਮੈਂ ਬਾਰੰਬਾਰ ਉਸ ਪਰਮਾਤਮਾ ਦੇ ਦਰ 'ਤੇ ਸਿਰ ਨਿਵਾਉਂਦਾ। ਨਵਸਾਧ ਸੰਗਤ, ਪਾਵਨ ਸ਼ਬਦ ਕੋਈ ਬਹੁਤੇ ਔਖੇ ਨਹੀਂ, ਪਰ ਲੜੀਵਾਰ ਵਿਚਾਰ ਕਰਨ ਨਾਲ ਬੜੇ ਹੀਰੇ ਮੋਤੀ ਮਿਲਦੇ। ਸਾਨੂੰ ਆਪਣੀਆਂ ਭੁੱਲਾਂ ਦਾ ਸੁਧਾਰ ਹੁੰਦਾ। ਅਸੀਂ ਗੁਰਦੁਆਰੇ ਵੀ ਬਣਾਏ, ਬੜੇ ਬੜੇ ਕੀਰਤਨ ਦਰਬਾਰ ਵੀ ਕੀਤੇ, ਪਰ ਜੇ ਅਸੀਂ ਉੱਥੇ ਬੈਠ ਕੇ ਗੁਰੂ ਦੀ ਕੀਰਤੀ ਸੁਣੀ ਨਹੀਂ, ਜੇ ਕੀਤੀ ਨਹੀਂ, ਤਾਂ ਉਹ ਸਿਰਫ ਅਡੰਬਰ ਬਣ ਕੇ ਰਹੇ। ਇਸ ਲਈ ਗੁਰੂ ਅਰਜਨ ਦੇ ਪਾਤਸ਼ਾਹ ਪੂਰਨੇ ਪਾਉਂਦੇ ਨੇ, ਪਿਆਰਿਓ ਗੁਰੂ ਦੀ ਸੰਗਤ ਵਿੱਚ ਇਸ ਲਈ ਆਉਣਾ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਰੋ ਹਮਾਰਾ ਰਹਾਓ। ਗੁਰਪੂਰਾ ਭੇਟਿਓ ਵਡਭਾਗੀ, ਜਾ ਕੋ ਅੰਤ ਨ ਪਾਰਾ ਵਾਰਾ, ਕਰ ਗਹਿ ਕਾਢ ਲਿਓ ਜਨ ਆਪਣਾ, ਬਿਕਸਾਗਰ ਸੰਸਾਰਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨ ਸੰਕਟ ਦੁਆਰਾ। ਨਾਨਕ ਸ਼ਰਨ ਗਈ ਸੁਆਮੀ ਕੀ, ਪੁਨਾ ਪੁਨਾ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।